ਅੱਜ ਦੀ ਅੰਜੀਲ ਦੀ ਆਖਰੀ ਵਚਨ ਮੱਤੀ 12:50 ਹੈ। ਇਹ ਵਚਨ ਉਸ ਅਧਿਆਤਮਿਕ ਪਰਿਵਾਰ ਨੂੰ ਦਰਸਾਉਂਦੀ ਹੈ ਜਿਸ ਬਾਰੇ ਯੇਸੂ ਬੋਲਦਾ ਹੈ, ਜੋ ਜੀਵ ਵਿਗਿਆਨਕ ਸੰਬੰਧਾਂ ਤੋਂ ਪਾਰ ਹੈ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੀ ਅਧਿਆਤਮਿਕ ਭਾਈਚਾਰਾ ਵਿਸ਼ਵਾਸ ਅਤੇ ਖੁਦਾ ਦੀ ਮਰਜ਼ੀ ਦੀ ਪੂਰਤੀ ਦੁਆਰਾ ਬੰਨਿਆ ਹੋਇਆ ਇੱਕ ਡੂੰਘਾ ਅਤੇ ਸਦੀਵੀ ਪਰਿਵਾਰ ਬਣਾਉਂਦਾ ਹੈ। ਇਹ ਸਿਧਾਂਤ ਸਾਨੂੰ ਆਪਸ ਵਿੱਚ ਏਕਤਾ, ਪਿਆਰ ਅਤੇ ਸਾਂਝੇ ਉਦੇਸ਼ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੇਰੇ ਪ੍ਰਭੂ ਯੇਸੂ, ਮੈਨੂੰ ਸਿਖਾਓ ਕਿ ਖੁਦਾ ਦੀ ਇੱਛਾ ਨੂੰ ਪੂਰਾ ਕਰਨ ਲਈ ਸਾਂਝੀ ਵਚਨਬੱਧਤਾ ਅਤੇ ਪਰਿਵਾਰ ਅਤੇ ਸਮਾਜ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੀ ਜ਼ਿੰਦਗੀ ਨੂੰ ਅਰਥਪੂਰਨ ਬਣਾਉਂਦੀ ਹੈ। ਇਹ ਪ੍ਰਭੂ, ਅੱਜ ਮੈਨੂੰ ਪਰਿਵਾਰ ਅਤੇ ਸਮਾਜ ਵਿੱਚ ਸਾਰਿਆਂ ਦੀ ਭਲਾਈ ਲਈ ਸਾਂਝੀ ਜ਼ਿੰਮੇਵਾਰੀ ਵਾਲਾ ਜੀਵਨ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।